ਹਾਂਜੀ ਦੋਸਤੋ, ਕੀ ਹਾਲ ਚਾਲ। ਉਮੀਦ ਕਰਦਾ ਵੀ ਸਾਰੇ ਜਣੇ ਤੁਸੀਂ ਕੈਂਟ ਹੋਗੇ ਤੇ ਮੈਂ ਤੁਹਾਡਾ ਆਪਣਾ ਤਾਲੀਵਾਲ, ਤੇ ਤੁਸੀਂ ਦੇਖ ਰਹੇ ਹੋ ਤਾਲੀਵਾਲ ਗੇਮਿੰਗ ਤੇ ਲੈ ਕੇ ਆ ਗਏ ਰੈਂਚ ਸਿਮੂਲੇਟਰ ਦਾ ਪਾਰਟ ਨੰਬਰ 2। ਤੇ ਅੱਜ ਆਪਣੇ ਕੋਲ ਇੱਕ ਮਿਸਤਰੀ ਆ ਰਿਹਾ ਤੇ ਆਪਦੇ ਆਪ ਨੂੰ ਥੋੜਾ ਜਿਹਾ ਵਕੀਲ ਵੀ ਕਹਾਉਂਦਾ, ਦੇਖਦੇ ਆ ਉਹ ਕੀ ਦੱਸਦਾ। ਆਪਾਂ ਉਹਨੂੰ ਇਹ ਸਲਾਹਕਾਰ ਲਈ ਸੱਦਿਆ ਵੀ ਮਾੜਾ ਮੋਟਾ ਦੱਸ ਕੋਈ ਗੱਲਬਾਤ ਵੀ ਰੈਂਚ ਦਾ ਕਿਵੇਂ ਕੰਮ ਕੁੰਮ ਕਰੀਏ, ਨਾਲੇ ਕੁਝ ਪੇਪਰ ਵਰਕ ਦੀ ਲੋੜ ਆ ਉਹ ਵੀ, ਹੈ ਨਾ। ਤੇ ਚਲੋ ਚੱਲਦੇ ਆ ਗੇਮ ਦੇ ਵਿੱਚ। ਓਏ ਆ ਜਾਓ ਹੁਣ, ਕਿੱਧਰ ਰਹਿ ਗਏ? ਨਾਲੇ ਆ ਦੇਖੀਏ ਮੁਰਗੀ ਨੂੰ ਖਾਣਾ ਖੁਣਾ ਪਾ ਦਈਏ ਕੁਛ। ਸਨੀ ਕਿੱਥੇ? ਮੁਰਗੀ ਨੂੰ ਪਾਇਆ ਨਹੀਂ ਕੁਛ ਅੱਜ? ਓਏ ਓਏ ਮੁਰਗੀ ਯਾਰ, ਇੱਕ ਹੈਗੀ ਬੈਡ ਨਿਊਜ਼। ਕੀ ਹੋ ਤੇਰੀ ਕਹੀ ਗਿਆ ਮੁਰਗੀ ਮੁਰਗੀ ਆਹ ਜਿਹੜੀ ਆ ਚੱਕ ਕੇ ਲੈ ਕੇ ਗਿਆ ਸੀ ਸੈਣੀ? ਮੁਰਗੀ ਜਾਂ ਤੂੰ ਲੱਤਾਂ ਖਾਣੀਆਂ ਨੇ ਸੱਚੀ, ਯਾਰ? ਉਹਨਾਂ ਤਾਂ ਦੋਨੇ ਬੁੜਕ ਗਈਆਂ। ਨਹੀਂ ਇੱਕ ਜਿਉਂਦੀ ਆ ਬਈ। ਤੇ ਬਾਈ ਕਿੱਧਰ ਵਗ ਗਿਆ ਉਹ ਦੂਜਾ ਮੈਂ ਆ ਨਾਗਰਾ? ਉਹ ਤਾਰੇ ਵੇਖੀ ਜਾਂਦਾ ਮੈਂ ਲਹਗਣ ਵਗ ਗਿਆ ਉਹ। ਬਈ ਆ ਮੁਰਗੀ ਪਈ ਆ, ਹਾਏ ਓਏ ਇਹਨੇ ਭੜਕਾਤੀ। ਉਹ ਲੈ ਖਾਏ ਚਿਕਨ ਚਲੋ ਬਈ, ਬਣੂਗਾ ਅੱਜ ਗੱਲਬਾਤ। ਵੱਢ ਵੀ ਲਈ ਮੈਂ ਤਾਂ। ਲੈ ਤਾਲੀ ਵਾਲ ਚੁੰਮ ਲੈ, ਤੇਰੀ ਮੁਰਗੀ ਮਰ ਗਈ। ਯਾਰ ਕਿੱਥੇ ਤੁਸੀਂ ਤਾਂ ਪਤਾ ਉਹ ਆ ਬਾਈ, ਤੁਸੀਂ ਤਾਂ ਯਾਰ ਇੱਕ ਮੁਰਗੀ ਮਾਰਤੀ। ਇਹ ਚ ਸੁੱਟ ਦੇ, ਇਹ ਚ ਸੁੱਟ ਦੇ ਨਾ ਨਾ, ਕੂਲਰ ਚ ਪਾਵਾਂਗੇ। ਮੈਂ ਕਹਿੰਦਾ ਚੱਕੀ ਰੱਖਦਾ ਸਾਰਾ ਸਮਾਨ, ਕਿਤੇ ਇੱਧਰ ਲੈ ਗਿਆ ਕਿਤੇ ਇੱਧਰ ਲੈ ਗਿਆ। ਤੂੰ ਬਾਲਾ ਟਾਈਮ ਲਾਉਣਾ ਬਾਈ ਹੱਗਣ ਤੇ ਯਾਰ ਨਾਗਰੇ ਬਾਈ, ਤੂੰ ਯਾਰ ਇਹੋ ਜਿਹਾ ਕਰਦਾ ਉੱਥੇ ਬਹਿਣਾ ਪਤਾ ਕਿੰਨਾ ਔਖਾ ਹੈ ਨਾ ਟਾਈਮ। ਐਵੇਂ ਹੀ ਦੇਖੀ ਕਿਤੇ ਕੋਈ ਭਮੱਕੜ ਵੜ ਜੇ। ਨੇ ਓਏ 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 ਤਾਲੀ ਵਾਲ ਤੇਰਾ ਬੰਦ ਆੜੇ ਆਉਣ ਵਾਲਾ, ਕੰਮ ਬਹੁਤ ਕਰਨੇ ਵਾਲੇ ਆ। ਓਏ ਯਾਰ ਮੈਂ ਉਹਨੂੰ ਕੀਤਾ ਤਾਂ ਸੀ ਫੋਨ, ਹੈ ਤਾਂ ਉਹ ਚਾਵਲ ਜਾ ਮੈਂ ਤੈਨੂੰ ਦੱਸਾਂ, ਠੀਕ ਹੈ? ਬਚ ਕੇ ਰਹੋ, ਉਹ ਫੜਾ ਬੜੀਆਂ ਮਾਰਦਾ। ਐਵੇਂ ਕਦੇ ਤੁਸੀਂ ਕਹੀ ਜਾਓ, ਸਮਝ ਗਿਆ ਸਨੀ? ਸਮਝ ਗਿਆ ਸਮਝ ਗਿਆ। ਧਿਆਨ ਰੱਖੀ ਉਹਨੂੰ, ਆਕਲ ਉਕਲ ਘੱਟ ਆ ਉਹ, ਬਸ ਉਹਨੂੰ ਪੰਪ ਪੰਪ ਜੀ ਕੁੰਡਾ ਕਰਵਾ ਆਉਂਦਾ ਬੰਦੇ ਦਾ। ਮੈਨੂੰ ਦੱਸਿਆ ਮੇਰੇ ਦਾਦੇ ਨੇ, ਪਹਿਲਾਂ ਮੈਂ ਆਉਂਦਾ ਹੁੰਦਾ ਜਦੋਂ ਇੱਥੇ ਦਿਖਾਇਆ ਸੀ ਇੱਕ ਦੋ ਵਾਰੀ, ਕਹਿੰਦਾ ਬਚੀ ਸਭ ਧੋਏ ਤੋਂ, ਉਹ ਇੱਕ ਥੋੜ੍ਹਾ ਜਿਹਾ ਖਾਸ ਆ ਤਾਂ ਕਰਕੇ ਨਾ ਬਸ ਨਾਂ ਰੱਖ ਰੱਖਿਆ। ਕਰੀਏ ਕੀ ਹੁਣ, ਅੱਜ ਤਾਂ ਸਮਝ ਹੀ ਨਹੀਂ ਆ ਰਹੀ ਯਾਰ। ਵੇਟ ਕਰ ਲੈਨੇ ਆ ਆਉਣ ਦਾ, ਥੋੜੇ ਮੋਟੇ ਲੱਕੜਾਂ ਲੁੱਕੜਾਂ ਵੱਢਣੀਆਂ ਵੱਢ ਲੈਨੇ ਆ। ਲੱਕੜਾਂ ਤਾਂ ਵੱਢਤੀਆਂ ਵੇ, ਇਕੱਠੀਆਂ ਪਈਆਂ। ਉਹ ਹੋਰ ਨਾ ਮੰਗ ਲੈ ਉਹਦਾ ਕਿਹੜਾ, ਉਹਨੂੰ ਸਲਾਹ ਲੈ ਲਾਂਗੇ ਉਹ ਤੋਂ। ਸਲਾਹ ਤੇ ਦਾਦੇ ਨਾਲ ਰਹਿੰਦਾ ਰਿਹਾ ਅਗਲਾ। ਮੈਨੂੰ ਇਹ ਨਹੀਂ ਸਮਝ ਆਈ ਦਾਦੇ ਤੋਂ ਕਰਾਉਂਦਾ ਕੀ ਰਿਹਾ ਭੈਣ ਚ, ਕਦੇ ਦਾਦੇ ਨੇ ਉਹੀ ਗੱਲ ਤਾਂ ਨਹੀਂ ਕਰਤੀ? ਕੰਮ ਕਰੀ ਗਿਆ। ਇੱਕ ਮਿੰਟ, ਤੇਰਾ ਦਾਦਾ ਇਦਾਂ ਦੇ ਕੰਮ ਕਰਦਾ ਸੀ? ਉਹ ਨਹੀਂ, ਬੰਦਾ ਚੰਗਾ ਸੀ ਯਾਰ। ਮੈਂ ਇਹ ਚਾਵਲ ਜਾ ਨਾ, ਇਹ ਬੰਦਾ ਜਿਹੜਾ ਇਹ ਆਉ। ਅੱਛਾ ਇਹ ਹੈ ਕੌਣ, ਬੁਲਾਇਆ ਕਿਹਨੂੰ ਆਪਾਂ? ਉਹ ਹੈਗਾ ਇੱਕ ਯਾਰ ਦਾਦੇ ਦਾ, ਗਾਹਾਂ ਦੀ ਗਾਹਾਂ ਜਾਣ ਪਛਾਣ ਜੀ ਹੈ, ਮਤਲਬ ਆਉਂਦਾ ਜਾਂਦਾ ਰਹਿੰਦਾ ਹੀ ਫਾਰਮ ਤੇ। ਦਾਦੇ ਦੇ ਪੋਤੇ ਦਾ ਪੋਤਾ? ਇੱਕ ਹੋਰ ਪੋਤਾ? ਚਲੋ ਪੂਰਤੀ ਤਾੜੀਆਂ। ਮੇਰੀ ਗੱਲ ਸੁਣੋ, ਲੱਕੜਾਂ ਕਿਉਂ ਵੱਢਣੀਆਂ? ਉਹ ਮੂਰਲਾ ਘਰ ਜੱਟਾ ਹੋ ਜਾ ਰਿਹਾ। ਆਜੋ ਫਿਰ, ਆਜੋ ਜਿਹੜਾ ਘਰ, ਚਲੋ ਆਜੋ। ਮੈਂ ਆ ਜਿਹੜਾ ਲੱਕੜਾਂ ਲੈ ਕੇ ਆਇਆ, ਮੈਨੂੰ ਥੋੜਾ ਜਿਹਾ ਸਿੱਖਣ ਨੂੰ ਔਖੀ ਹੋਣੀ ਹੈ। ਠੀਕ ਹੈ ਠੀਕ ਹੈ ਜੀ। ਟੈਨ ਟੈਨ ਨੈ ਟੈਨ ਨੈ ਆ ਟਾਉਣਾ ਆਹ ਆ ਨਹੀਂ, ਪਰਲੇ ਪਾਸੇ ਵਾਲਾ ਲੱਕੜ ਵਾਲਾ ਤਾਂ ਵੈਸੇ ਵੀ ਆਪਣੇ ਕੋਈ ਕੰਮ ਦਾ ਨਹੀਂ। ਉਹ ਸ਼ੁਰੂ ਹੋ ਜਾਓ ਬਸ। ਆ ਗਿਆ ਆ ਗਿਆ, ਬਸ ਭੱਜਿਆ ਹੀ ਆਉਣਾ ਮੈਂ। ਆਏ ਓਏ ਇਹ ਬਚ 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 ਓਏ ਤੇਰੀ ਪੈਨ ਢਾ ਦਿਓ ਢਾ ਦਿਓ, ਸਾਰੇ ਵੱਢ ਦੇਣਾ। ਆਇਸ਼ਾ ਤੁਹਾਡੀ ਪੈਨ ਯਾਰ, ਮੇਰੇ ਤੋਂ ਕੋਈ ਟੁੱਟਦਾ ਹੀ ਨਹੀਂ ਪਿਆ। ਮੈਂ ਤੂੰ ਦੱਸ ਨੂੰ ਟੁੱਟ ਰਿਹਾ ਸਾਹਮਣੇ ਤੋਂ ਭੜਕਾ ਦੀ ਬਾਈ, ਕੁਰਸੀ ਤੋਂ ਭੜਕਾ ਦੀ ਏ। ਉਹ ਤੁਹਾਡੀ ਮੇਰੇ ਉੱਤੇ ਮਾਰਤਾ ਸੀ ਚੱਕ ਕੇ। ਓਏ ਆ ਕੀ ਕੀਤਾ ਓਏ, ਤਾਹਾਂ ਤਾਹਾਂ ਵਾਲਾ ਛੱਡਤਾ ਸੈਣੀ। ਚੱਲ ਥੱਲੇ ਹੋ ਗਿਆ ਤੂੰ, ਮੈਂ ਕੋਈ ਟੁੱਟ ਟੁੱਟ ਨਹੀਂ ਲਿਆ ਬਈ। ਇਹ ਐਕਸਪਰਟ ਤੋੜ ਸਕਦਾ ਮੇਰੇ ਵਰਗਾ, ਉਰੇ ਹੋ ਜਾ। ਤੇ ਯਾਰ ਮੈਂ ਕਹਿੰਦਾ ਓਪਨ ਰਹਿਣ ਤੋਂ ਵਧੀਆ ਇਹ, ਥੱਲੇ ਚਾਹ ਪਾਣੀ ਪੀ ਲਿਆ ਕਰਾਂਗੇ। ਤੈਨੂੰ ਚਾਹ ਪਾਣੀ ਦੀ ਪਈ ਆ, ਹੋਰ ਕੱਖ ਨਹੀਂ। ਉਹ ਕਿੱਥੇ ਚੜਿਆ ਫਿਰਦਾ? ਹਾਏ ਓਏ
ਉੱਥੋਂ ਉਹ ਭਰਾਵਾ ਦੇਖ ਕੇ ਬੰਦਾ ਥੱਲੇ ਹੁੰਦਾ ਯਾਰ ਏ ਗੰਜਾ ਗੰਜਾ ਗੰਜੇ ਉਹ ਬਚ ਗਿਆ ਨਹੀਂ ਇਹ ਗੰਜਾ ਗੰਜਾ ਕੌਣ ਚੱਲ ਬਈ ਮੈਂ ਤਾਂ ਹੀ ਬੰਨਾ ਬਣਾਇਆ ਸਾਰਾ ਹੋ ਗਿਆ ਚਲ ਉਹ ਕੋਲ ਕੋ ਬਹੁਤਾ ਕਰਨਾ ਨਹੀਂ ਪਿਆ ਦੇਖ ਕਿੰਨਾ ਸਾਫ ਹੋ ਗਿਆ ਬਾਈ ਇੱਥੋਂ ਟੈਂਟ ਦਿਸੂ ਤੇਰਾ ਹੁਣ ਦੂਰੋਂ ਓਏ ਆ ਕਿਹੜਾ ਸੌਂਗ ਡੇਡੀ ਤਾਂ ਠੀਕ ਆ ਉਹ ਜਾਨਵਰ ਵਗੈਰਾ ਨਾ ਜਾਣ ਆਪਾਂ ਨੂੰ ਤੇ ਫੈਂਸਿੰਗ ਲਾਉਣੀ ਚਾਹੀਦੀ ਹੈ ਮੇਰੇ ਐਡੇ ਸ਼ਾਨੀ ਸਾਹਿਬ ਉੱਠੜੋ ਸਣੀ ਤੜਕੇ 7 ਵਜੇ ਹੁਣੀ ਸੌਣ ਨੂੰ ਤੈਨੂੰ ਆ ਗਈ ਹੈ ਛੇਤੀ ਛੇਤੀ ਸਾਰੀ ਰਾਤ ਜਾਗਣ ਨੂੰ ਲਾਤਾ ਸਾਰੀ ਰਾਤ ਜਾਗਣ ਨੂੰ ਲਾਤਾ ਸੁੱਤੇ ਤਾਂ ਸੀ ਬੜੇ ਸੋਹਣਾ ਆਪਾਂ ਯਾਰ ਮੈਂ ਬਦੂ ਕੇ ਕਹਿਣਾ ਕਰੋ ਨੇੜੇ ਨੇੜੇ ਲਿਆਈਏ ਚੀਜ਼ਾਂ ਯਾਰ ਉਹ ਕੂਪ ਜਾ ਮੈਂ ਕਹਿੰਦਾ ਇੱਥੇ ਨਵਾਂ ਬਣਾ ਲਓ ਇੱਥੇ ਜੇ ਤੇ ਮੈਂ ਇਹਦੇ ਸਾਹਮਣੇ ਚਲੋ ਫਿਰ ਮੈਂ ਕਹਿੰਦਾ ਘਰੇ ਉੱਥੇ ਪਾ ਲੈਂਦੇ ਹੈ ਉੱਥੇ ਪਿੱਛੇ ਘਰ ਹੁਣੀ ਥੋੜੀ ਨਾ ਪਾਣਾ ਯਾਰ ਘਰ ਦੀ ਲੋੜ ਕੀ ਆ ਠੀਕ ਹੈ ਸੈੱਟ ਹੈਗਾ ਆਪਣੇ ਕੋਲ ਓਏ ਓਏ ਸੈਣੀ ਓਏ ਬਿਸਤਰੇ ਇੱਥੇ ਚੱਕ ਲੈਣੇ ਉੱਥੇ ਉੱਡੀ ਨੂੰ ਓਏ ਚ ਤੇਲ ਹੈ ਨਹੀਂ ਮਿਲਦਾ ਹਟਾ ਦੇਣਾ ਤੇਲ ਲੈ ਕੇ ਆਵਾਂ ਇਧਰੋਂ ਹੈ ਬਈ 8 ਲੱਕੜਾਂ ਹੋਰ ਲਿਆ ਓਏ ਕਿੱਧਰ ਚੱਲਿਆ ਲੱਕੜਾਂ ਲੈ ਕੇ ਜਾ ਆਦੇ ਤੂੰ ਲੱਗ ਆ ਰੇ ਤੇ ਬ੍ਰੋ ਮੈਂ ਲੈ ਕੇ ਆ ਲੱਕੜਾਂ ਲੱਗਣੀ ਨਹੀਂ ਨਹੀਂ ਮੈਂ ਚੱਲਿਆ ਲੱਕੜ ਦਿਆ ਮੈਂ ਚੱਲਿਆ ਇੱਕ ਲੱਕੜ ਰਹਿ ਜੂਗੀ ਉਹਨੂੰ ਪਾਸੇ ਤੇ ਰੱਖ ਦੇ ਤੇ ਮੁਰਗੀ ਲਿਆ ਉਹ ਧੌਣੋਂ ਫੜ ਕੇ ਲਿਆ ਮੁਰਗੀ ਇੱਕ ਮੁਰਗੀ ਰਹਿ ਗਈ ਉਹਦਾ ਵੀ ਜੀ ਨਹੀਂ ਲੱਗਦਾ ਤੁਸੀਂ ਬਦਤਮੀਜੀ ਕਰਦੇ ਹੋ ਫਿਰ ਬਾਈ ਇੱਕ ਅੱਧੀ ਹੋਰ ਲਿਆਵਾਂਗੇ ਕਿ ਡਰਤਾ ਕਰਦਾ ਹੈ ਵਿਚਾਰੇ ਚਾਰ ਤਾਂ ਜੀ ਸੀ ਕਰਦੇ ਉਹ ਚ ਵੀ ਤਿੰਨ ਰਹਿ ਗਏ ਸੋ ਸੈਡ ਮੈਂ ਇਹਦਾ ਇਹਦਾ ਸਮਾਨ ਚੱਕੋ ਪਾਣੀ ਧਾਣੀ ਉਹਦੇ ਕੋਲੇ ਲੈ ਕੇ ਚੱਲੋ ਬਾਈ ਨੇੜੇ ਨੇੜੇ ਚੀਜ਼ਾਂ ਹੁੰਦੀਆਂ ਨਾ ਸਾਹਮਣੇ ਨਿਕਲ ਤੇ ਪਤਾ ਤਾਂ ਲੱਗੂ ਓਏ ਆ ਹਜੇ ਆ ਵੜਦ ਕੇ ਚਾਰ ਲੱਕੜਾਂ ਤਾਂ ਕਰਕੇ ਵੀ ਚੱਲ ਉਹ ਬਾਤ ਹੈ ਇੰਨੀਆਂ ਕਿ ਲੱਕੜੀਆਂ ਨਹੀਂ ਕਿੱਦਾਂ ਹੋਰ ਜਾਈ ਆ ਤਾਂ ਨਿਮੇੜਦੀਆਂ ਜਿੰਨੀਆਂ ਗਾ ਸਿੱਟ ਰੱਖੀਆ ਮੈਂ ਤਾਂ ਉਹ ਪੁੱਛਦਾ ਬਈ ਬਹੁਤ ਨਹੀਂ ਬਾਈ ਤੂੰ ਸਾਡਾ ਐਂ ਕਰੀਏ ਕੋਈ ਟ੍ਰੇ ਚੱਕ ਤੇ ਆਪਾਂ ਮੁਰਗੀਆਂ ਲੈ ਆਉਣੀਆਂ ਥੋੜੀਆਂ ਜੀਆਂ ਕੱਲੀ ਵੀ ਭਾਈ ਲੱਗਦੀ ਆ ਮੈਂ ਕਹਿੰਦਾ ਉਹਨੂੰ ਆ ਜਾਣ ਦੇ ਡੇਢ ਕੁ ਘੰਟਾ ਰਹਿ ਗਿਆ ਜੀ ਯਾਰ ਤੈਨੂੰ ਪਤਾ ਉਹਨੇ ਮੈਂ ਤੈਨੂੰ ਦੱਸਿਆ ਨਾ ਦੀਆਂ ਗੱਲਾਂ ਇਹ ਕੌਣ ਇਹ ਤੈਨੂੰ ਜਾਣਦਾ ਉਹ ਮੈਂ ਤਾਂ ਛੋਟੇ ਹੁੰਦੇ ਨੇ ਵੇਖਿਆ ਯਾਰ ਇੱਥੇ ਆਉਂਦੇ ਚਾਵਲ ਜਾਂ ਤੈਨੂੰ ਦੱਸਦਾ ਥੋੜ੍ਹਾ ਜਿਹਾ ਬਚ ਕੇ ਰਹੋ ਬਸ ਗੱਲਾਂ ਦੇ ਕੀ ਛੱਡਦਾ ਉਹ ਗੱਲਾਂ ਬੜੀਆਂ ਮਾਰਦਾ ਬਸ ਬਸ ਪੰਪ 'ਚ ਨਹੀਂ ਆਉਣਾ ਪੰਪ 'ਚ ਨਹੀਂ ਆਉਣਾ ਬਸ ਠੀਕ ਠੀਕ ਸਮਝੇ ਸਮਝੇ ਪਹਿਲਾਂ ਇਹ ਸਾਨੂੰ ਦੱਸ ਵੀ ਸਾਡੇ ਫਰਮ ਦੇ ਰੋਲ ਕੀ ਆ ਸੈਂਡ ਖੜੋ ਆਪਾਂ ਐਵੇਂ ਕੰਮ ਕਰੀ ਜਾਂਦੇ ਹਾਂ ਯਾਰ ਸਾਨੂੰ ਪਤਾ ਨਹੀਂ ਉਹ ਸਾਡੇ ਤੁਸੀਂ ਯਾਰ ਦੋਸਤ ਹੋ ਯਾਰ ਯਾਰ ਦੋਸਤ ਯੂ ਨੋ ਯਾਰ ਦੋਸਤ ਸਹੀ ਗੱਲ ਆਹੋ ਸਹੀ ਗੱਲ ਆ ਮੈਂ ਤਾਂ ਹੁਣੀ ਮੈਂ ਸੋਚੀ ਨਹੀਂ ਗੱਲ ਇਹ ਹਨਾ ਓਏ ਤੂੰ ਤਾਂ ਮੇਰਾ ਹੋ ਐ ਓਏ ਤੂੰ ਤਾਂ ਮੇਰਾ ਥੋੜਾ ਇਹਦਾ ਨਕਮਾ ਨਿਕਲਿਆ ਜਿਹਨੇ ਕੋ ਬਣਾਇਆ ਨਹੀਂ ਉੱਤੇ ਨਹੀਂ ਤੂੰ ਦੇ ਗਿਆ ਜੋ ਵੀ ਨਹੀਂ ਨਹੀਂ ਆ ਤਾਂ ਤੂੰ ਤਾਂ ਮੇਰਾ ਉਹ ਐ ਓਏ ਆ ਤਾਂ ਮੇਰੀ ਤੂੰ ਤਾਂ ਮੇਰਾ ਉਹ ਐ ਆ ਤਾਂ ਮੇਰੀ ਮਤਰੀ ਦਾਦੀ ਦਾ ਮੁੰਡਾ ਪੋਤਾਗਾ ਸਿਮਰ ਤਾਂ ਆ ਮੇਰੇ ਦਾਦੇ ਦੋ ਵਿਆਹ ਸੀ ਨਾ ਮਗਰ ਲੱਗ ਗਿਆ ਮੈਂ ਚਾੜੀ ਨੂੰ ਘੁੰਮ ਗਿਆ ਚਲੋ ਇਹ ਕਿਹਨੇ ਵੀ ਕੀ ਕਰਨਾ ਜਿਹੜਾ ਹਾਂ ਜਿਹੜਾ ਆ ਥੋੜਾ ਨਸ਼ੇੜੀ ਬੰਦਾ ਠੀਕ ਹੈ ਸਿਮਰ ਇਹ ਜਰਦਾ ਜੁਰਦਾ ਲਾਉਣ ਵਾਲਾ ਇਹ ਹਾਂ ਸਿਮਰ ਤੂੰ ਮਾੜਾ ਮੋਟਾ ਆਫਰ ਕਰਿਆ ਕਰਨੀ ਕਿਸੇ ਨੂੰ ਸੱਦ ਕੇ ਮਾੜਾ ਜਿਹਾ ਵੀ ਆ ਜਾ ਚਲੋ ਆ ਜਾ ਬਹਿ ਜਾ ਚੱਲ ਬਈ ਹੈਡਮੈਂਡ ਪਾ ਲੈ ਯਾਰ ਨੇ ਤੇਰੇ ਨੇ ਐਕਸਟਰਾ ਸਿਕਿਉਰਿਟੀ ਹੈਡਲਾਈਟ ਓਹੋ ਓਏ ਓਏ ਦਿਨੇ ਤਾਂ ਲਾਈਟਾਂ ਬੰਦ ਕਰ ਦਿਆ ਕਰ ਯਾਰ ਰਾਈਟ ਭਰਾਵਾ ਰਾਈਟ 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 ਕੀ ਹੁੰਦਾ ਰਾਈਟ ਕਿਹੜਾ ਹੁੰਦਾ ਮੂੰਹ ਦੇਖਦਾ ਬਾਈ ਆ ਬੰਦਾ ਗਲਤ ਜਾਈ ਜਾਂਦਾ ਇਹਨੂੰ ਨਾ ਦੋ ਡਰਾਈਵਿੰਗ ਮੈਂ ਕਹਿੰਦਾ ਹਲੇ ਵੀ ਗਲਤ ਹੈ ਮੈਂ ਅੱਗੋ ਰਾਈਟ ਮੋੜ ਆਈ ਕਰੀ ਬੈਠੇ ਸੀ ਐਕਸੀਡੈਂਟ ਉਹ ਰਾਈਟ ਲੈ ਜਾ ਭਰਾਵਾ ਰਾਈਟ ਹਾਂ ਇੱਕ ਤਾਂ ਡਰਾਈਵਰ ਮਾੜਾ ਉਹ ਸੀਟੀ ਮਾਰ ਕੇ ਦਿਖਾਵਾਂ ਮੈਨੂੰ ਹੁਣੇ ਸੀਟੀ ਮਾਰ ਕੇ ਨਹੀਂ ਬੁਲਾਉਣੋ ਹਟ ਜਾ ਬਸ ਉਹਗਾ ਉਹ ਕੁੜੀ ਆਊਗੀ ਤਾਂ ਮਾਰੀ ਸਾਲੋ ਸਾਰੇ ਮੁੰਡੇ ਹੀ ਆ ਇੱਥੇ
ਇੱਕ ਦੂਜੇ ਨੂੰ ਜਿਹੜੀ ਆ ਗਿਆ ਤੁਹਾਨੂੰ ਗਲਤ ਲੱਗਦਾ ਉਹ ਦੁਕਾਨ ਉਸੇ ਸਾਹਮਣੇ ਆਹਾ ਆਹੋ ਬਿਲਕੁਲ ਜੀ ਬਿਲਕੁਲ ਕੀ ਤੋ ਮੁਰਗੀ ਲੈਣੀ ਓਕੇ 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 ਤੇ ਮੈਂ ਖਰੀਦਦਾ ਯਾਰ ਤੇਰੇ ਵਾਸਤੇ ਪੁਰਾ ਤੁਸੀਂ ਬਾਹਰ ਖੜੋ ਮੁਰਗੀਆਂ ਫੜਿਓ ਆਪਦੀਆਂ ਓਕੇ ਖਾਣ ਪੀਣ ਦਾ ਸਮਾਨ ਮੁਰਗਾ ਦੇ ਕਿੰਨਾ ਵੱਡਾ ਫੜਿਆ ਉਹਨੇ ਉਹ ਦੇਖ ਮੈਂ ਲੈ ਕੇ ਖਾਣ ਚੱਲ ਆਪ ਹੀ ਲਿਆ ਜਾ ਹੁਣ ਬਗ ਜਾ ਚਲੋ ਫਿਰ ਅਸੀਂ ਜਾਣੇ ਬਿਠਾ ਉਹ ਤਰੀਪ ਉਹ ਹੌਲੀ ਭਰਾਵਾ ਆ ਗਏ ਇਸ ਦਾ ਘਰ ਸੋ ਤੋਂ ਪਹਿਲਾਂ ਆ ਗਏ ਓਏ ਗੱਡੀ ਵਾਲਿਓ ਉਹ ਤਰੀਪ ਭਰਾਵਾ ਹੌਲੀ 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 ਲੈ ਵੀ ਮੁਰਗੀਆਂ ਚੱਕੋ ਆ ਮੁਰਗਾ ਮੈਂ ਫੜੂੰਗਾ ਮੈਨੂੰ ਫੜਾਓ ਆ ਤੇਰੀ ਮੈਂ ਤਾਹੋਂ ਖੋਲਿਓ ਥੱਲੋਂ ਕਾ ਤੋਂ ਖੋਲਦੇ ਉਹਨਾਂ ਹੀ ਯਾਰ ਤਾਂ ਹੁਣ ਤਾਂ ਹੀ ਮਾਰ ਦੇ ਓਏ ਇੱਥੇ ਦਾਣਾ ਕਿਵੇਂ ਪਾਵੇਂ ਨੂੰ ਥੱਲੇ ਥੱਲੇ ਰੱਖ ਦੇ ਕੇ ਰਵਾਂ ਸਰ ਚਿੜਕਪੜੀਕਾਲ ਜੀ ਹੈਲੋ ਮਾਫੀ ਮਾਫੀ ਵੀਰੇ ਪਤਾ ਨੀ ਸੀ ਸਾਨੂੰ ਪਤਾ ਨੀ ਸੀ ਬਈ ਮੈਂ ਤਾਂ ਉਹਦਾ ਪੋਤਾ ਠੀਕ ਹੈ ਜਿਹਦੇ ਕੋਲ ਤੂੰ ਆਉਂਦਾ ਸੀ ਤੇ ਉਹ ਸਾਡੀ ਦੂਜੀ ਦਾਦੀ ਤੋਂ ਹੈ ਆਹ ਠੀਕ ਹੈ ਇਹਦਾ ਨਾਮ ਉਹ ਹੈ ਆਪਣਾ ਪਾਲਕ ਸੱਦਿਆ ਤੈਨੂੰ ਤਾਂ ਹੀ ਮੈਂ ਬੰਦਾ ਵਧੀਆ ਸਿਆਣਾ ਕੀਤਾ ਹਜੇ ਕੱਖ ਨੀ ਤੁਸੀਂ ਲੱਕੜਾਂ ਲੁੱਕੜਾਂ ਵੱਢੀਆਂ ਨੀ ਉਹ ਵੀ ਫਿਰ ਉਹ ਨਹੀਂ ਲੱਕੜਾਂ ਵੱਢ ਰੱਖੀਆਂ ਯਾਰ ਦਿਖਾਓ ਉਹਨਾਂ ਨੂੰ ਯਾਰ ਇਹ ਨਾ ਭਰਾਵਾ ਸਾਰੀ ਰਾਤ ਲਾ ਉਹ ਪਰੇ ਪੈ ਗਏ ਆ ਜਾ ਅਸੀਂ ਲੱਕੜ ਤੇ ਲੱਕੜ ਚਾੜਤੀ ਰਾਤ ਆ ਆਜੋ ਲੈ ਕੇ ਚੱਲੋ ਅਸੀਂ ਸੋਚਿਆ ਵੀ ਤੂੰ ਆਊਂਗਾ ਤਾਂ ਮਾੜਾ ਮੋਟਾ ਕੋਈ ਸਲਾਹ ਦੇ ਦੂੰਗਾ ਓਏ ਓਏ ਗੱਡੀ ਨੂੰ ਨਹੀਂ ਮਾਰਨੀ ਸਲਫ ਮੇਰੇ ਵਾਲੀ ਨੂੰ ਨਹੀਂ ਜੀ ਕੌਣ ਬੈਠਣ ਲਗਾ ਇਧਰ ਹੀ ਬਈ ਠੀਕ ਹੈ ਇੰਨੀਆਂ ਕੀ ਵੱਡੀਆਂ ਆ ਹੀ ਵੱਡੀਆਂ ਹੈ ਤਾਂ ਅੱਧੀਆਂ ਵੇਚ ਕੇ ਵੀ ਨਹੀਂ ਇਹ ਵੀ ਦੱਸੋ ਓਏ ਓਏ ਇਹ ਤਾਂ ਬਹੁਤ ਘੱਟ ਹੈ ਹੋਰ ਵੱਢਣੀਆਂ ਪੈਣੀਆਂ ਤੁਹਾਨੂੰ ਬਈ ਆ ਸਾਰਾ ਛਾਂਗਣਾ ਪੈਣਾ ਆ ਏਰੀਆ ਸਾਰਾ ਛਾਂਗਣਾ ਪੈਣਾ ਤੁਹਾਨੂੰ ਆ ਜਿਹੜਾ ਮਗਰਲਾ
ਠੀਕ ਹੈ ਇਹ ਤਾਂ ਹੁਣ ਸਾਂਗ ਦਿੰਨੇ ਆ ਮਸ਼ੀਨਾਂ ਲੱਗੀਆਂ ਹੀ ਸਾਡੀਆਂ ਉੱਤੇ ਮਸ਼ੀਨਾਂ ਲੈ ਕੇ ਆਉਣੀਆਂ ਪੈਣੀਆਂ ਦੋ ਲੱਕੜਾਂ ਵਾਲੀਆਂ ਇੱਕ ਹੀ ਲੈਣੀ ਆ ਦੋ ਆ ਸਾਡੇ ਕੋਲ ਹਾਂ ਅੱਛਾ ਦੋ ਆ ਦੋ ਬਾਈ ਕੱਟੋ ਫਿਰ ਦਰਖਤ ਦਰੁਖਤ ਜੇ ਇੱਕ ਤਾਂ ਉਹ ਦਾਦੇ ਕੋਲ ਹੀ ਹੁੰਦੀ ਸੀ ਪੁਰਾਣੀ ਯਾਰ ਠੀਕ ਹੈ ਉਹ ਪੁਰਾਣੀ ਮਸ਼ੀਨ ਨਾਲ ਨਹੀਂ ਫਰਕ ਪੈਣਾ ਉਹ ਕੱਟਦੀ ਆ ਇੱਕ ਚੋਂ ਦੋ ਫੱਟੇ ਇਹ ਇੱਕ ਚੋਂ ਇੱਕ ਹੀ ਕੱਟੂਗੀ ਬਾਈ ਹਾਏ ਓਏ ਇਹ ਵੀ ਚੱਕਰ ਆ ਹਾਂ 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 ਗੰਜਿਆ ਜਾ ਜਾ ਤੂੰ ਇੱਕ ਮਸ਼ੀਨ ਲੈ ਗਿਆ ਓਕੇ ਉਹ ਬਾਈ ਜੀ ਪੈਸੇ ਦੇ ਦਿਓ ਪੈਸੇ ਕੋਈ ਨਹੀਂ ਖਾਤੇ ਚੋਂ ਕੱਟੇ ਜਾਣਗੇ ਆਪਣੇ ਆਪ ਧਾਰ ਕਰਾ ਦੀ ਉੱਥੇ ਨਾ ਲੈ ਦੀ ਹਾਂ ਹਾਂ ਠੀਕ ਹੈ ਹਾਰਡਵੇਅਰ ਤੇ ਨਾਂ ਤੇ ਤਾਂ ਨਹੀਂ ਦੇਣ ਲੱਗੇ ਉਹ ਆ ਨਾਮ ਕੀ ਆ ਯਾਰ ਪਹਿਲਾਂ ਆਪਦਾ ਨਾਮ ਦੱਸ ਬਾਈ ਮਾਈ ਸੈਲਫ ਆਲੂ ਸਿੰਘ ਫਰਮ ਆਲੂ ਸਿੰਘ ਲੌਜਿਸਟਿਕਸ ਭਈ ਮੈਂ ਭੁੱਲ ਜਾਣਾ ਨਾ ਠੀਕ ਆ ਹੁਣ ਚੇਤੇ ਰਹੂਗਾ ਆਲੂ ਵਰਗਾ ਆਲੂ ਆਏ ਓਏ ਖਵਾਇਆ ਸੀ ਕੁਛ ਨਹੀਂ ਉਹ ਯਾਰ ਆ ਨਾ ਜਿਹੜਾ ਮੁੰਡਾ ਬਾਈ ਯਾਰ ਜਿਹੜੀ ਸਾਡੀ ਦੂਜੀ ਦਾਦੀ ਤੋਂ ਇਹ ਨਾ ਥੋੜਾ ਜਿਹਾ ਨਸ਼ੇੜੀ ਆ ਬਾਈ ਯਾਰ ਠੀਕ ਹੈ ਲੱਗਦਾ ਹੀ ਇਹ ਸ਼ਕਲੋਂ ਤੇ ਤਾਂ ਕਰਕੇ ਨਾ ਮੈਂ ਇਹ ਨਾ ਰੱਖਣਾ ਪੈਂਦਾ ਵੀ ਹੁਣ ਕਰੀਏ ਕੀ ਮਜਬੂਰੀ ਜੀ ਬਣ ਗਈ ਬਾਈ ਤੁਰਨੀ ਤੋਂ ਹੀ ਲੱਗ ਰਿਹਾ ਵੀ ਕੰਧਾਂ 'ਚ ਵੱਜੀ ਜਾਂਦਾ ਦਰਖਤਾਂ ਜੀ ਚੱਲ ਕੋਈ ਨਾ ਦੁਬਾਰੇ ਆ ਕੇ ਲੈ ਜੂਗਾ ਤੈਨੂੰ ਤਾਂ ਨਾਲ ਵੱਡੋ ਵੱਡੋ ਬਾਈ ਲੱਕੜਾਂ ਜਲਦੀ ਹੈਲੋ ਉਹ ਮੈਂ ਰਸਤਾ ਭੁੱਲ ਗਿਆ ਬਾਈ ਜੀ ਡੌਂਕੀ ਲਾ ਲਗੇ ਮੈਂ ਤੁਹਾਨੂੰ ਕਿਹਾ ਸੀ ਛੋਟੀਆਂ ਵੱਡੀਆਂ ਸਹੀ ਸਹੀ ਤਰੀਕੇ ਨਾਲ ਕੱਟੋ ਇਸ਼ਕ ਮੁਹੱਬਤ ਹੋਈ ਮੁਰਗੀਆਂ ਚ ਵਾਹ ਜੀ ਵਾਹ ਰੇਡੀਓ ਜੁਆਇਨ ਕਰ ਲੋ ਸਾਲਿਓ ਉਹ ਕਿਉਂ ਖੋਲੀ ਜਾਂਦੇ ਓਏ ਤੁਸੀਂ ਇੱਥੇ ਓਏ ਤੁਸੀਂ ਐਡੇ ਸਾਲੇ ਕੋ ਡਿਸਟਰਬ ਕਿਉਂ ਕਰਦੇ ਅਗਲੇ ਨੂੰ ਓਏ ਆਂਡੇ ਚੱਕਦਾ ਉਹ ਪਾਲਕਾਂ ਖਿੱਚਦੇ ਕੰਮ ਕਾਕੀ ਕੀ ਜਾਣਾ ਨਾਲੇ ਰਾਹ ਚੇਤੇ ਆਊਗਾ ਓ ਪਾਲਕ ਤੈਨੂੰ ਪਤਾ ਇਦਾਂ ਦੀ ਹੈ ਇਹ ਜ਼ਹਿਰੀਲੀ ਹੈ ਥੋੜੀ ਜੀ ਧਿਆਨ ਨਾਲ ਕੌੜੀ ਹੈ ਚਲੋ ਇਹ ਨਸ਼ਾ ਪਤਾ ਕਰਦਾ ਮੇਰਾ ਸਾਲਾ ਓਏ ਉਹ ਬਾਈ ਕਹਿੰਦਾ ਸੀ ਪਾਲਕਾਂ ਆ ਜਾ ਬਈ ਆ ਜਾ ਬਾਈ ਕਹਿੰਦਾ ਸੀ ਛੰਗਣਾ ਸਾਰਾ ਛੰਗਦੇ ਆ ਇੱਥੋਂ ਛੰਗਦੇ ਸਾਰੇ ਛੱਡਦੇ ਤੇ ਉਹ ਇਕੱਠੇ ਕਰਨ ਵਾਲਾ ਲੈ ਆਊਗਾ ਮੈਨੂੰ ਲੱਗਾ ਪਤਾ ਕੀ ਲੈ ਕੇ ਆਉਣ ਲੱਗਾ ਸਾਰਾ ਚੱਕ ਕੇ ਉੱਥੇ ਲੈ ਜਾ ਕਰਨਾ
ਮੈਂ ਤੈਨੂੰ ਕਿਹਾ ਬੰਦਾ ਦਿਮਾਗੀ ਗੱਲ ਕਰ ਹੈ ਪੈਸੇ ਲਵਾਉਣ ਵਾਲਾ ਫ੍ਰੀ ਦੀ ਸਲਾਹ ਕੋਈ ਨਹੀਂ ਦਿੰਦਾ ਸਸਤਾ ਹੀ ਹੈ ਤਾਂ ਇਹ ਤਾਂ 300 ਦਾ ਆਇਆ $300 ਸਾਡੇ ਕੋਲ ਸਾਨੂੰ ਪਤਾ 300 ਸੀ ਕਿਵੇਂ ਸਾਡੇ ਕੋਲ ਤਾਂ ਲੋਨ ਚੱਕਦੇ ਰਹੇ ਪਹਿਲਾਂ ਤਾਂ ਲੋਨ ਵਾਲੇ ਅੰਕਲ ਨਾਲ ਇੱਕ ਨਾਲ ਮੈਂ ਮਿਲਾਵਾਂ ਬਟ ਵੱਡਾ ਲੋਨ ਦੇ ਦੂਗਾ ਤੁਹਾਨੂੰ ਨਹੀਂ ਨਹੀਂ ਕੀਤੀ ਗੱਲ ਕਰਵਾਤੀ ਸੀ ਸਨੀ ਬਾਈ ਨੇ ਗੱਲ ਪਹਿਲਾਂ ਤਾਂ ਯਾਰ ਇਹ ਉੱਥੇ ਲੈ ਗਿਆ ਉਹ ਜਨਾਨੀ ਜੀ ਬੈਠੀ ਹੁੰਦੀ ਇੱਥੇ ਉਹਨੇ ਤਾਂ 2500 ਦੇ ਕੇ ਮੱਥੇ ਮਾਰਿਆ ਕਹਿੰਦੀ ਭਾਜੋ ਉਹ ਤਾਂ 25% ਕੱਟ ਲਿਆ ਓਏ ਉਹ ਛੋਟੀ ਆ ਨਾ ਉਹ ਅਫਸਰ ਤਾਂ ਵੱਡਾ ਅਫਸਰ ਹੀ ਦਊਗਾ ਨਾ ਲੋਨ ਵੱਡਾ ਦਵਾਤਾ 2 ਨੰਬਰ ਚ ਹਿੱਸਾ ਲੈਣਾ ਮੁੰਡੇ ਨੇ ਨਾਲ ਲੈ ਕੇ ਰੱਖੇ ਉਹਨੂੰ ਸਾਨੂੰ ਕੀ ਪਤਾ ਏਦਾਂ ਨਲਕ ਤੀੜ ਰੱਖ ਲਈ ਹਿੱਸਾ ਤਾਂ ਪੂਰਾ ਲਵਾਂਗੇ ਮੈਂ ਹੁੰਦਾ ਤਾਂ ਉਹਨੂੰ ਚਲਾ ਜਾਂਦਾ ਇਹ ਬਸ਼ਰਮ ਬਾਈ ਬਾਈ ਪਹਿਲਾਂ ਰੱਖ ਦੇ ਨਵੀਆਂ ਹੀ ਲਿਆਉਂਦੇ ਆਪਾਂ ਆਲੂ ਸਿੰਘ ਆ ਜਾ ਬੈਠੋ ਤੇਲ ਹੈਗਾ ਉਹ ਤੇਲ ਹੈ ਪਾਲਕ ਕੋਲ ਹੀ ਹੋਊਗਾ ਬਾਈ ਉਹ ਤੇਲ ਦਾ ਕੰਮ ਕਰਦਾ ਨਵਰਾ ਤਾਂ ਨੇ ਓਹੋ ਤੇਲ ਹੀ ਮੁੱਕ ਗਿਆ ਹੁਣ ਤਾਂ ਤੇਲ ਬੋਰ ਦਾ ਕੰਮ ਉਹ ਘੱਟ ਚੱਲਦਾ ਚਲਾਉਣ ਵਾਲਾ ਨਹੀਂ ਪੁੱਛਿਆ ਉਹਨਾਂ ਨੇ ਅੱਛਾ ਸਿਮ ਉਹ ਐਜ ਵੀ ਤੇਲ ਹੈ ਨਹੀਂ ਸਭ ਤੋਂ ਪਹਿਲਾਂ ਫੈਂਸੀ ਲਾਉਣੀ ਚਾਹੀਦੀ ਆ ਤੁਹਾਨੂੰ ਓਏ ਹੁਣ ਤਾਂ ਕਰਦੇ ਮਸ਼ੀਨ ਇਹਨਾਂ ਦਾ ਆਪਣੇ ਚੱਲੀ ਜਾਂਦਾ ਮਸ਼ੀਨ ਕਾ ਨਾ ਆਨ ਕਰੇ ਚੱਲਦੀ ਤਾਂ ਹੈ ਨਹੀਂ ਇਹ ਫੈਂਸ ਬਾਈ ਕੀ ਕਰਕੇ ਹੁਣ ਦੱਸ ਪਹਿਲਾਂ ਫੈਂਸ ਲਾਈਏ ਕੀ ਕਰਕੇ ਰਹਿਣ ਨੂੰ ਜਗ੍ਹਾ ਨਹੀਂ ਸਾਡੇ ਕੋਲ ਬਾਈ ਉਹ ਐਡਾ ਵੱਡਾ ਖੇਤ ਹੈ ਜਿਹੜਾ ਉਹਦੇ ਚ ਹੀ ਸੋਲਿਆ ਕਰੋ ਉਹ ਯਾਰ ਆਹ ਨਸ਼ੇੜੀ ਆ ਮੈਨੂੰ ਇਹ ਤਾਂ ਯਕੀਨ ਜਿਹਾ ਹੈ ਨਹੀਂ ਆ ਕੀ ਬਾਈ ਮੇਰੇ ਫੋਨ 'ਚ ਕਿਉਂ ਮੈਸੇਜ ਆਈ ਜਾਂਦਾ ਪੈਸੇ ਕੱਟਣ ਦਾ ਲੌਗ ਚੱਕ ਚੱਕ ਕੇ ਪਾਗਲ ਹੋ ਜਾਣਾ ਮੈਨੂੰ ਲੱਗਦਾ ਇਹ ਮੈਨੂੰ ਜਮਾ ਨੰਗ ਕਰਕੇ ਜਾਣਗੇ ਕਿੱਥੋਂ ਸੱਦ ਲਏ ਮੈਂ ਹੋਰ ਬਣਵਾ ਨਾਕਸ਼ ਆ ਸਾਡੇ ਕੋਲੇ ਮਾਈਨਸ 'ਚ ਪੈਸੇ ਚੱਲਦੇ ਪਏ ਸੀਗੇ ਜਦੋਂ ਅਸੀਂ ਕੰਮ ਕਰਿਆ ਅੱਜ ਹੁਣ ਸਾਡੇ ਕੋਲੇ ਲੱਖਾਂ ਰੁਪਈਏ ਆ ਤੁਸੀਂ ਤਾਂ ਸਿਰ ਹੈ ਗੱਲ ਤਾਂ ਸਾਡੀ 5 ਲੱਖ ਕਰੋੜਾਂ ਮੈਂ ਕਰੋੜਾਂ ਤੇ ਪਹੁੰਚਣ ਵਾਲੇ ਆ ਮੈਂ ਪਰ ਤੂੰ ਸਕੀਮੀ ਬੰਦਾ ਨਾ ਬਾਈ ਅਸੀਂ ਹਜੇ ਸੱਚ ਜੌਬ ਕਰਦੇ ਸੀ ਹੁਣ ਇੱਥੇ ਆ ਗਏ ਮੈਂ ਹੈਗਾ ਯਾਰ ਤੇਰੇ ਨਾਲ ਸਕੀਮੀ ਯਾਰ ਤੂੰ ਗੱਲਾਂ ਕਰਦਾ ਸਕੀਮੀ ਇਹ ਇਹ ਚਿੱਤਰ ਪਵਾਊਗਾ ਮੈਨੂੰ ਲੱਗਦਾ ਹੀ ਕਟਵਾਊ ਮਾਮੇ ਦਾ ਬੜਾ ਗਾਜ ਇਹ ਚਿੱਤਰ ਪਵਾਏਗਾ ਗਾਜ ਉਹ ਬਾਈ ਇੰਨੀ ਕਿੰਨੀ ਕੁ ਲੱਕੜ ਵੱਢਣੀ ਜ਼ਿਆਦਾ ਪ੍ਰੋਫੈਸ਼ਨਲ ਆ ਹਨਾ ਲੱਕੜਾਂ ਚੱਕਣ ਤੇ ਬਾਈ ਲੱਕੜਾਂ ਦਾ ਕੰਮ ਕਰਦਾ ਰਿਹਾ ਪਰ ਆਵਾ ਜ਼ਿਆਦਾ ਇਹਨਾਂ ਨਾਲ ਲੱਗਿਆ ਮੈਂ ਇਹੀ ਕੰਮ ਕੀਤਾ ਹੋਰ ਕੋਈ ਕੰਮ ਹੀ ਨਹੀਂ ਕੀਤਾ ਸਾਲੇ ਨੇ ਰੋਟੀ ਪਾਣੀ ਤੱਕ ਨਹੀਂ ਪੁੱਛੀ ਚਿੱਚੀ ਚੱਲਣ ਕੰਮ ਆਵੇ ਇੱਕ ਚੱਲਦਾ ਉਹ ਪਲਕ ਕਿੱਧਰ ਗਿਆ ਪਲਕ ਪੈ ਗਿਆ ਵਰਲੀ ਮਸ਼ੀਨ ਤੇ ਨਾ ਵਰਲੀ ਤੇ ਓਏ ਓ ਪਲਕ ਉਹ ਚੱਕਦੇ ਸੀ ਇੱਕ ਮਿੰਟ ਦੇਖੀ 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 ਮੜੇ ਬਾਈ ਲੱਕੜਾਂ ਕੋਈ ਨਾਲ ਵੱਢਣ ਆਊਗਾ ਮੈਂ ਇਕੱਲਾ ਹੀ ਵੱਢੀ ਇੰਨਾ ਕੱਲ ਨੂੰ
ਭਰਾਵਾ ਕਿੱਦਾਂ ਢੇਰ ਲਾਇਆ ਪਿਆ ਲੱਕੜਾਂ ਸਾਰੀਆਂ ਚੱਕਣੀਆਂ ਇਹ। ਉਹ ਭਰਾਵਾ ਮੇਰਾ ਮੋਢਾ ਦੁਖਣ ਲੱਗ ਗਿਆ, ਮੈਂ ਪਾਣੀ ਪੂਣੀ ਪਿਆ ਦੇ ਮੈਂ ਗਰੀਬ ਨੂੰ। ਉਹ ਕਹੋ ਰੋਟੀ ਪਾਣੀ ਵੀ ਪੁੱਛ ਲਓ, ਇੱਧਰ ਮੈਂ ਬਹਿ ਵੀ ਉੱਠ ਗਿਆ। ਬਤਾ ਲੈਣਾ ਕਿੱਦਾਂ ਮੈਂ ਰੋਟੀ ਪਾਣੀ ਦੀ ਗੱਲ ਕਰਦਾ, ਇਹ ਕਹਿੰਦੇ ਸੌਂ ਜਾ ਭੁੱਖ ਮਾਰ ਨੂੰ ਭਾਵ ਹੀ ਪਾ। ਐਡਾ ਮੈਂ ਲਾਇਆ ਬਾਈ, ਤੈਨੂੰ ਮੈਂ ਕਿਹਾ ਸੀ ਇਹ ਨਸ਼ੇ ਪੱਤੇ ਵਾਲਾ ਬੰਦਾ ਸਿਰਫ। ਮੈਂ ਤਾਂ ਆਪ ਖਾਂ, ਮੈਂ ਤਾਂ ਆਪ ਨੂੰ ਵਿਹਲ ਮਿਲ ਰਹੀ। ਹਜੇ ਕਹਿੰਦੇ ਸੀ ਦਾਦੀ ਕਹਿੰਦੇ ਕੰਮ ਨਹੀਂ ਕਰਦੇ ਸੀ। ਪਾਲਕ ਨੂੰ ਭੇਜ ਸੌਣ ਨਾ ਦੇ, ਉਹ ਸੌ ਗਿਆ ਫੇਰ ਸੌ ਗਿਆ। ਪਾਲਕ ਇਹਦੇ ਕਿਤੇ ਗੋਲੀ ਮਾਰ, ਗੋਲੀ ਮਾਰ ਉਹਦੇ, ਗੋਲੀ ਮਾਰ ਹੁੰਦਾ ਦਾ। ਮੈਂ ਵੀ ਸੌਣੇ ਚੱਲਾਂ ਤਾਂ 5-10 ਮਿੰਟ ਦਾ ਜੀ। ਪਾਲਕ ਹਾਂ ਬਾਈ, ਧੱਕੇ ਨਾਲ ਠਾ ਕੇ ਲਿਆ। ਚੱਲ ਚੱਲ ਭਾਜਾ ਤੂੰ ਚੱਲ ਬਾਈ, ਦਿਹਾੜੀ ਮੰਗਣ ਨੂੰ ਅੱਗੇ ਹੋ ਜਾਣਗੇ ਸਾਰੇ। ਉਧਰ ਚੱਲ, ਉਧਰ ਕੰਮ ਕਰ ਜਾ ਕੇ ਕੰਮ ਕਰ। ਹਾਂ ਭਾਜਾ ਤੂੰ। ਉਹ ਬਾਈ ਮੈਥੋਂ ਇਕੱਲੇ ਤੋਂ ਮਸ਼ੀਨ ਓਏ ਓਏ ਓਏ, ਜਦੋਂ ਆਪਣਾ ਆਹ ਸਕਸੈਸ ਹੋ ਗਿਆ ਨਾ ਬਿਜ਼ਨਸ, ਮੈਂ ਪਿਆਰੇ ਨੂੰ ਆ ਜਾ, ਸਾਨੂੰ ਪਾਰਟਨਰਸ਼ਿਪ ਦੋ, ਸਾਨੂੰ ਪਾਰਟਨਰਸ਼ਿਪ। ਓਏ ਉਧਰ ਕੀ ਗੋਲੀਆਂ ਚੱਲ ਪਈਆਂ, ਉਹ ਗਲਾ ਗੋ ਗਲੇ 'ਚ ਕੋਈ ਖਾਰਦਾ ਕੀ ਮਾਰਦਾ ਰੇ ਗਲੇ 'ਚ ਗੋਲੀ। ਵਾਹ ਇਹ ਤਾਂ ਬੋਲੀ ਕਿਤੇ ਜਾਣਾ, ਮੈਂ ਕਿਹਾ ਕਿਤੇ ਬੋਲੀ ਬਾਈ। ਸ਼ਾਬਾਸ਼ ਆਂਡਾ ਉਹਦਾ ਦੇ ਦਿੱਤਾ ਕਿਵੇਂ। ਓਏ ਉਹਦੇ ਪੱਟੀ ਪੁੱਟੀ ਲਾ ਦੋ, ਆ ਜਾ ਹੁਣ। ਇਹ ਹੈ ਨਹੀਂ ਪੱਟੀਆਂ ਵਾਲਾ, ਉਹ ਪਿਆ ਜੰਗਲ ਖਾ ਗਿਆ। ਮੈਂ ਤਾਂ ਹੱਥੋਂ ਚੱਕੀ ਹੁਣ ਉਹ ਉਹ ਵੀਰ ਜੀ ਜੰਗਲ ਖਾ ਗਿਆ ਕੁਛ ਨੀ। ਓਏ ਆ ਜਾ ਓਏ ਆ ਜਾ, ਜੰਗਲ ਸਾਰਾ ਖਤਮ ਹੋ ਗਿਆ ਬਾਈ। ਆਲੂ ਆਵੇ ਨਾਲੇ ਤਾਂ ਮਿੰਟ ਚ। ਓ ਬਾਈ ਮੈਂ ਨਾ ਉਹ ਕਰੀ ਜਾਂਦਾ ਵੀ ਇੱਥੇ ਮੇਰੇ ਵੀਰੇ ਇੱਧਰ ਆਓ ਯਾਰ, ਮੈਂ ਇਕੱਲਾ ਬਹੁਤ ਔਖਾ ਇੱਥੇ, ਮੇਰਾ ਮੋਢਾ ਦੁਖਣ ਲਾਤਾ। ਕੀ ਤੇ ਪਾਲਕ ਹੈਗਾ ਦਾ ਹੈ ਬਾਈ ਤੇਰੇ ਕੋਲੇ? ਯਾਰ ਪਾਲਕ ਤਾਂ ਸਲੋ ਹੈ, ਪਾਲਕ ਦਾ ਸਾਬਣ ਸਲੋ ਹੈ। ਮੰਗਾ ਲਾ ਫਿਰ। ਓਹੋ ਮੈਂ ਤਾਂ ਲੱਕੜਾਂ ਸਿਕਲਾ ਹੋ ਰੱਖਿਆ ਉੱਥੇ ਰਹਿ ਤਾਲੀ ਵਾਲ ਮੈਂ ਇੱਥੇ ਰੱਖੀ ਜਾਉ। ਆ ਜਾ ਬਾਈ ਓਏ, ਉਹ ਅੱਜ ਲਈ ਇੰਨੇ ਹੀ ਬਹੁਤ ਆ ਬਾਈ। ਆ ਜਾ ਓਏ, ਆ ਗਿਆ ਮੈਂ ਲੈ ਕੇ। ਮੈਂ ਕਹਿੰਦਾ ਜੰਗਲ ਬਹੁਤ ਹੈ ਉੱਧਰ। ਓ ਉੱਧਰ ਹੀ ਮੇਰੇ ਆਲੂ ਆ ਕੇ ਦੇਖ, ਆ ਆਲੂ ਤੇਰੀ ਔਖਾ। ਓਹ ਅੱਲਾ ਦੇ ਇੰਨਾ ਦਰਖਤ ਹੁਣ ਇਕੱਠਾ ਕਿੱਥੋਂ ਆਲੂ? ਆ ਜਾ ਹੁਣ, ਉਹ ਮੈਟਲ ਵੀ ਚਾਹੀਦਾ ਲੋਹਾ। ਚੱਲਿਆ ਲੈਣ ਉਹ ਯਾ ਤਾਂ। ਹਾਂ ਉਹ ਦੋਨੋਂ ਬੱਟੇ ਜਿਹਨੂੰ ਪਤਾ ਨਹੀਂ ਲੱਗਦਾ, ਪਾਲਕ ਨੂੰ ਮੈਂ ਬਣਾ ਲੈਣਾ ਓਏ ਹਾਏ। ਮੈਂ ਤੈਨੂੰ ਹੀ ਕਿਹਾ ਇਹ ਆਲੂ ਪਾਲਕ ਧਰਨੇ ਪੈਣੇ ਆ। ਆਲੂ ਪਾਗਲ ਹੋ ਗਿਆ, ਕਿੱਥੇ ਚੱਲਾ ਲੈ ਕੇ ਰਹਿਣ ਦੇ, ਤੈਨੂੰ ਵੀ ਧਰਨਾ ਪੈਣਾ, ਮੈਟਲ ਲੱਗਣਾ ਫੇਰ ਚੱਲੂਗਾ, ਛੱਡ ਦੇ। ਓਹੋ ਬਾਈ ਇੱਧਰ ਗੱਡੀ ਕਿਹੜਾ ਜਿਹਾ ਕੱਟਣ ਗਿਆ, ਘੁਮਾਉਣ ਬੈ ਕਰਨਗੇ ਬੈ ਕਰ। ਆ ਜਾ ਆ ਚੱਕ ਚੱਕ, ਤੁਹਾਨੂੰ ਚਲਾਈ ਚੱਲੇਗੀ ਜਿੰਨੇ ਕੁ ਲੱਗਦੇ ਆ, ਮਸ਼ੀਨਾਂ ਤਿੰਨ ਖੜੀਆਂ ਨੇ ਉਧਰੀ ਪੈਣ, ਟਾਈਮ ਨਾ ਵੇਸਟ ਕਰੀਏ। ਉਹ ਪਲਕ ਆ ਜਾ ਯਾਰ, ਚਲੋ ਬਾਈ ਉਹਦੇ 'ਚ ਵੀ ਲੱਕੜਾਂ ਪਾ ਦੀਆਂ ਖੁੱਡੇ 'ਚ। ਖੁੱਡੇ 'ਚ ਬਾਈ ਲੱਕੜਾਂ ਮੈਟਲ ਰਹਿ ਗਿਆ, ਇਕੱਲਾ ਉਹ ਲੈਣ ਗਿਆ ਬਾਈ ਆਪਣਾ। ਅਤੇ ਕੁਰੀਆਂ ਕੁਰੀਆਂ ਹੀ ਆ, ਬਣਾ ਦਿਓ ਉਹਨਾਂ ਦੀਆਂ। ਉਹ ਬਣਾਉਂਦਾ ਬਸ, ਸਾਰਾ ਕੁਛ ਗਿਆ, ਸਾਰਾ ਕੁਛ ਕਰਨ, ਬਾਕੀ ਕਰਤਾ ਜੀ ਸਾਰਾ ਕੰਮ। ਜਿਹੜਾ ਸੁੱਤਾ ਪਿਆ ਬਾਈ ਫਿਰ ਸੌ ਗਿਆ ਹੋਰ ਬਾਈ। ਇਹਨੂੰ ਕੋਈ ਨਾ ਤਾਕਤ ਤੂਕਤ ਵਾਲੀ ਸੀਸੀ ਸੂਸੀ ਪਿਆ ਕੇ ਲਿਆਓ ਬਾਈ, ਮਿੰਟ 'ਚ ਹੀ ਥੱਕ ਜਾਂਦਾ ਤੁਹਾਡਾ ਚੋਬਰ। ਨਸ਼ੇ ਪੱਤੇ ਕਰਦਾ ਨਾ, ਨਸ਼ੇ ਪੱਤੇ ਨਹੀਂ। ਓਏ ਤੈਨੂੰ ਕੀ ਕਿਹਾ ਮੈਂ ਕੱਲ ਦਾ ਲੱਗਦਾ ਮੈਨੂੰ। ਓ ਨਹੀਂ ਨਹੀਂ ਮੈਂ ਥੱਕ ਗਿਆ ਸੀ,
ਹਾਂ ਥੱਕਦਾ ਵੀ ਕੋਈ ਹੈ, એનર્ਜੀ ਕਿਤੇ ਤਾਂ ਲਾ ਰਿਹਾ ਤੂੰ। ਹਾਏ ਨਹੀਂ ਨਹੀਂ ਅੱਜ ਕੱਲ ਦੇ ਜਵਾਕ ਵੀ ਨਾ ਪੈਂਟ ਲੱਕ ਤੇ ਖੜਦੀ ਨਹੀਂ, ਮਿੰਟ 'ਚ ਥੱਕ ਜਾਂਦੇ ਆ। ਚਲ ਲੈ ਬਈ ਇੱਧਰ ਗੋਲੀਆਂ ਵੀ ਚਲਾ ਦੀਆਂ। ਹਾਏ ਮਾਤਾ ਇਹ ਜਾਇਦਾਦ ਹੜੱਪਣੀ ਚਾਹੁੰਦਾ ਇਹ। ਜਾਇਦਾਦ ਕੀ ਕੀ ਹੜੱਪਣੀ ਚਾਹੁੰਦਾ ਤੂੰ, ਡਰਾਮਾ ਲਾਇਆ ਤੂੰ ਪੌਣਾ ਘੰਟਾ ਹੋ ਗਿਆ ਤੇ। ਮੈਂ ਦੋ ਬੰਦੇ ਸੱਦੇ ਵੀ ਚੱਲ ਦੋਸਤ ਮਿੱਤਰ ਕੰਮ ਕਰਾ ਜਾਣ ਤੇ ਤੂੰ ਆਪਦਾ ਘਰ ਦੇ ਹੀ ਇੱਥੇ ਲਹੂ ਪੀ ਰੱਖਿਆ। ਬਾਈ ਘਰ ਦੇ ਹੀ ਨਹੀਂ ਵਧਣ ਦਿੰਦੇ ਹੁੰਦੇ ਅੱਗੇ ਆਪਦੇ। ਉਹੀ ਤਾਂ ਗੱਲ ਆਈ ਯਾਰ, ਦੇਖ ਮੈਂ ਕਿੰਨੀਆਂ ਲੱਕੜਾਂ ਲੈ ਕੇ ਆ ਰਿਹਾ ਬਾਈ। ਤੈਨੂੰ ਪਤਾ ਤੇਰੇ ਬਾਪ ਤੇਲ ਮੁੱਕ ਜਾਂਦਾ ਹੈ, ਕਦੇ ਲੱਕੜ ਮੁੱਕ ਜਾਂਦੀ, ਮੈਂ ਕੀ ਕਰਾਂ। ਕੋਈ ਨਹੀਂ ਤੇਲ ਦਾ ਬਿਜ਼ਨਸ ਵੀ ਆਪਾਂ ਕਰਾਂਗੇ ਬਹੁਤ ਜ਼ਿਆਦਾ। ਚਲ ਹੁਣ ਕੰਮ ਲੱਗ ਜਾ ਦਿੱਤੀ ਸੀ ਆਪਣਾ ਤਾਂ ਬਈ ਨਵਾਂ ਅੱਜ ਕੁੱਕੜੀਆਂ ਵਾਲਾ ਠੀਕ ਹੈ ਤੇ ਆਪਣਾ। ਆਇਓ ਆਂਡਾ ਮੇਰੇ ਹੱਥ ਚ ਰਹਿ ਗਿਆ ਬਾਈ। ਕੁੱਕੜੀਆਂ ਸ਼ਿਫਟ ਕਰਤੀਆਂ 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 ਬਈ ਕੁੱਕੜੀਆਂ ਸ਼ਿਫਟ ਕਰਤੀਆਂ ਇਧਰ, ਬਹੁਤ ਲੱਕੜ ਵੱਢੀ ਅੱਜ ਯਾਰ। ਖਾਣੇ ਵਾਲਾ ਵੀ ਬਣਾਤਾ ਉਹਨਾਂ ਦਾ, ਖਾਣੇ ਵਾਲਾ ਪਤਾ ਨਹੀਂ ਬਾਈ ਖਾਣੇ ਵਾਲਾ ਬਣਾ ਜਾਣਾ। ਦੱਸੀ ਮੜੇ ਮੈਨੂੰ ਦੱਸ ਕੇ ਦੋ, ਗੋਲੀਆਂ ਮਾਰਨੋ ਹਟੂਆ ਤਾਂ ਹੀ ਕੁਛ ਹੋ। ਹਾਂ 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 ਬਾਈ ਦੱਸ, ਇਹਨਾਂ ਦਾ ਲਾਇਸੈਂਸ ਰੱਦ ਕਰਵਾਉਣਾ ਬਾਈ, ਅਫਸਰ ਤੋਂ ਰੇਡ ਮਰਵਾਉਣਾ ਮੈਂ, ਖੜ ਜਾ ਇਹ। ਬਸ ਠੀਕ ਹੈ ਮੈਂ ਲਿਆਉਣਾ, ਖੜ ਜਾ। ਉਹ ਤਤੀਰੀ ਆਏ ਸੀਗੀ ਉਹ ਮਾਰਦਾ ਸੀ ਮੈਂ। ਟਟੀਰੀ ਤਾਂ ਹੈ ਹੀ ਨਹੀਂ ਇਸ ਜੰਗਲ 'ਚ, ਜਾਨਵਰ ਹੀ ਨਹੀਂ ਛੱਡਦੇ ਟਟੀਰੀਆਂ ਨੂੰ, ਕਿਹੜੀ ਟਟੀਰੀ ਕਿਹਦੀ ਗੱਲ ਕਰਦਾ। ਪਤਾ ਨਹੀਂ ਸੀਗੀ ਉੱਥੇ ਮੈਂ ਦੇਖੀ। ਇਹ ਮੈਂ ਤੁਹਾਨੂੰ ਦੱਸਦਾ ਇਹ ਆ ਗਿਆ ਮੈਂ ਵੀ ਸੇਵਾ ਕੋ ਜ਼ਿਆਦਾ ਹੀ ਕਰ ਰਿਹਾ ਅੱਜ ਕੱਲ। ਉਹੀ ਤਾਂ ਮਾਈ ਗਾਡ ਇੱਥੇ ਬਹਿ ਸਕਦਾ ਇਦਾਂ। ਲਾਤੇ ਲਾਤੇ ਬਸ ਹੋ ਗਏ ਪੂਰੇ। ਚਲੋ ਅਰੇ ਹੋ ਜਾ ਉਹੀ ਵਿਚਾਲੇ ਖੜਾ ਯਾਰ। ਓ ਹੋ ਹੋ ਬਈ ਪਾਣੀ ਵੀ ਹੈਗਾ, ਖਾਣਾ ਵੀ ਹੈਗਾ, ਇਧਰੋਂ ਖੁੱਲਾ ਰਹਿਣ ਦੇ ਇਹਨੂੰ, ਖੁੱਲਾ ਰਹਿਣ ਦੇ, ਖੁੱਲਾ ਰਹਿਣ ਦੇ, ਹਵਾ ਲੱਗ ਜੂ, ਤੂੰ ਆਂਡੇ ਚੱਕ ਸਕਦਾ ਹੈ। ਬਾਹਰ ਤਾਂ ਨਹੀਂ ਜਾਂਦੇ ਇਹ ਨਾ, ਇੱਥੋਂ ਬਾਹਰ ਨਹੀਂ ਜਾਂਦੇ। ਬਸ ਠੀਕ ਹੈ ਤੇ ਲਓ ਵੀ ਮਿੱਤਰੋ ਅੱਜ ਕੁੱਕੜੀਆਂ ਵਾਲਾ ਬਣਾਤਾ ਤੇ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ 'ਚ। ਤੇ ਜੇ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਤੇ ਆਪਦੇ ਕਮੈਂਟਾਂ ਦੇ ਵੀ ਜ਼ਰੂਰ ਦੱਸਿਓ ਵੀ ਨੈਕਸਟ ਨੈਕਸਟ ਕੀ ਕੀ ਕਰੀਏ। ਬਾਏ ਬਾਏ।